ਚੋਰੀ ਦੀਆਂ ਕਈ ਘਟਨਾਵਾਂ ਵਾਪਰ ਜਾਂਦੀਆਂ ਤੇ ਅਲਬਰਟਾ ਦੇ ਵਿੱਚ ਇੱਕ ਚੋਰੀ ਹੋਈ ਹੈ ਕੈਲਗਰੀ ਪੁਲਿਸ ਤੇ ਨਾਲ ਕੈਲਗਰੀ ਪੁਲਿਸ ਇਹ ਅਨਾਉਂਸਮੈਂਟ ਦੇ ਰਹੀ ਹੈ ਉਹ ਕਹਿੰਦੇ ਵੀ ਚੋਰੀ ਸਾਡੀ ਗੱਡੀ ਦੇ ਵਿੱਚੋਂ ਹੀ ਹੋਈ ਹੈ ਤੇ ਚੋਰੀ ਇਹ ਹੋਇਆ ਕਿ ਪੁਲਿਸ ਦੀ ਵੈਸਟ 2 ਫੁੱਲ ਗਲੌਕ ਮੈਗਜ਼ੀਨ ਇਸੇ ਤਰ੍ਹਾਂ ਜਿਹੜੀਆਂ ਹੈਂਡਕਾਫਸ ਨੇ ਹੱਥਕੜੀਆਂ ਉਹਦੇ ਵਿੱਚ ਪਈਆਂ ਸੀ ਕੁਝ ਹੋਰ ਜਿਹੜੀਆਂ ਆਈਟਮ ਸੀਗੀਆਂ ਵਹੀਕਲ ਦੇ ਵਿੱਚ ਕੈਲਗਰੀ ਪੁਲਿਸ ਸਰਵਿਸਿਜ਼ ਦੱਸ ਰਹੀ ਆ ਕੱਲ ਬੁੱਧਵਾਰ ਉਹਨਾਂ ਨੇ ਸਟੇਟਮੈਂਟ ਦੇ ਵਿੱਚ ਦੱਸਿਆ ਕਿ ਸਾਡਾ ਆ ਆ ਸਮਾਨ ਚੋਰੀ ਹੋ ਗਿਆ ਹਾਲਾਂਕਿ ਚੋਰੀ ਹੋਣੀ ਮਾੜੀ ਗੱਲ ਆ ਪਰ ਸਮਾਨ ਇੰਨਾ ਕੀਮਤੀ ਮਾਂ ਹੋਣ ਦੇ ਕਰਕੇ ਮਤਲਬ ਸਮਾਨ ਕੀਮਤੀ ਹੈਗਾ ਵੀ ਆ ਪਰ ਇਹਦਾ ਦੂਜਾ ਵੱਡਾ ਨੁਕਸਾਨ ਇਹ ਆ ਕਿ ਕੋਈ ਵਿਅਕਤੀ ਵੀ ਕਿਉਂਕਿ ਪੁਲਿਸ ਦੀ ਜਿਹੜੀ ਵੈਸਟ ਚੋਰੀ ਕੀਤੀ ਆ ਉਹਦੇ ਉੱਤੇ ਪੁਲਿਸ ਦੇ ਸਾਈਨ ਲੱਗੇ ਆ ਤੇ ਹੈਂਡਕਫਸ ਤੇ ਹੋਰ ਸਾਰਾ ਕੁਝ ਸਮਾਨ ਜਿਹੜਾ ਪੁਲਿਸ ਦਾ ਅਸਲੀ ਸਮਾਨ ਤੇ ਜੇ ਚੋਰ ਉਹੀ ਗੱਡੀ ਦੇ ਵਿੱਚੋਂ ਚੋਰੀ ਕਰਕੇ ਲੈ ਗਏ ਆ ਤਾਂ ਉਹ ਕਿਤੇ ਪੁਲਿਸ ਵਾਲਾ ਬਣ ਕੇ ਲੋਕਾਂ ਨੂੰ ਲੁੱਟ ਵੀ ਸਕਦੇ ਆ ਲੋਕਾਂ ਨੂੰ ਡਰਾ ਵੀ ਸਕਦੇ ਆ ਗੱਲ ਪਰਸੋਂ ਦੀ ਆ ਇਹ ਟਿਊਜ਼ਡੇ ਨੂੰ ਇੱਕ ਘਟਨਾ ਵਾਪਰੀ ਆ ਕੱਲ ਉਹਨਾਂ ਨੇ ਦੱਸਿਆ ਔਨ ਡਿਊਟੀ ਇੱਕ ਪੁਲਿਸ ਵਹੀਕਲ ਸੀਗਾ ਡਾਊਨਟਾਊਨ ਕਲਕੱਤੀ ਦੇ ਵਿੱਚ پارک ਕੀਤਾ ਸੀ ਜਦੋਂ ਆਫੀਸਰ ਕਿਤੇ ਪਰਲੇ ਪਾਸੇ ਗਿਆ ਜਦੋਂ ਮੁੜ ਕੇ ਵਹੀਕਲ ਵੱਲੋਂ ਵਾਪਸ ਆਇਆ ਤੇ ਆ ਕੇ ਦੇਖਦਾ ਵੀ ਉਹਦੇ ਵਿੱਚੋਂ ਸਾਰਾ ਸਵਾਨ ਚੋਰੀ ਹੋ ਚੁੱਕਾ ਜਿਹਦੇ ਵਿੱਚ ਬਲੈਕ ਪੁਲਿਸ ਨੇ ਜਿਹੜੀ ਚੀਜ਼ਾਂ ਦਸੀਆਂ ਕਿ ਜੇ ਆਹ ਚੀਜ਼ਾਂ ਤੁਹਾਨੂੰ ਕਿਤੇ ਮਿਲਦੀਆਂ ਤੇ ਸਾਨੂੰ ਜ਼ਰੂਰ ਦੱਸੋ ਬਲੈਕ ਵੈਸਟ ਜਿਹਦੇ ਉੱਤੇ ਪੁਲਿਸ ਪੈਚ ਆ ਫਰੰਟ ਦੇ ਉੱਤੇ ਵੀ ਬੈਕ ਦੇ ਉੱਤੇ ਤੇ ਸੌਫਟ ਆਰਮਰ ਪੈਨਲਸ ਉਹਦੇ ਉੱਤੇ ਬਣੇ ਆ ਦੋ ਫੁੱਲ ਗਲੈਕ 9mm ਮੈਗਜ਼ੀਨ ਚੋਰੀ ਹੋਏ ਆ ਯੂਐਸ ਆਰਮਰ ਮੋਬਾਈਲ ਪਾਊਚ ਜਿਹੜਾ ਮੈਗਜ਼ੀਨ ਦੇ ਲਈ ਹੁੰਦਾ ਉਹ ਚੋਰੀ ਹੋਇਆ ਜਿਹੜੀ ਬਲੈਕ ਰੇਡੀਓ ਹੋਲਡਰ ਹੁੰਦਾ ਪੁਲਿਸ ਇਸ਼ੂ ਕਰਦੀ ਆ ਇਸੇ ਤਰ੍ਹਾਂ ਜਿਹੜਾ ਬੈਟ ਨਾ ਪੁਲਿਸ ਦਾ ਜਿਹੜਾ ਇਸ਼ੂ ਕੀਤਾ ਉਹ ਵੀ ਤੇ ਇਸੇ ਤਰ੍ਹਾਂ ਜਿਹੜਾ ਉਹਦੇ ਵਿੱਚੋਂ ਬਾਈਨੋਕੂਲਰ ਆ ਜਿਹੜੀ ਦੂਰਬੀਨ ਜੀ ਹੁੰਦੀ ਆ ਉਹ ਵੀ ਇੱਕ ਚੋਰੀ ਹੋਈ ਦੱਸੀ ਜਾ ਰਹੀ ਆ ਸਟੇਟਮੈਂਟ ਪੁਲਿਸ ਨੇ ਦੱਸਿਆ ਕਿ ਪਬਲਿਕ ਇਸ ਗੱਲ ਦੇ ਬਾਰੇ ਥੋੜੀ ਜਿਹੀ ਵੇਅਰ ਰਵੇ ਕਿ ਇਹ ਸਮਾਨ ਚੋਰੀ ਹੋਇਆ ਹੈ ਤੇ ਕਿਸੇ ਨੂੰ ਇਹਨਾਂ ਕੱਪੜਿਆਂ ਦੇ ਵਿੱਚ ਅਸਲੀ ਪੁਲਿਸ ਵਾਲਾ ਜਾਂ ਇਹਨੂੰ ਇਸ ਤਰੀਕੇ ਦੇ ਨਾਲ ਨਾ ਸਮਝ ਲਵੇ ਤੇ ਦੂਜਾ ਕਿਹਾ ਵੀ ਜੇ ਕਿਸੇ ਨੂੰ ਵੀ ਇਹਦੇ ਬਾਰੇ ਕੁਝ ਪਤਾ ਲੱਗਦਾ ਤੇ ਪੁਲਿਸ ਆਫੀਸਰ ਦੇ ਨਾਲ ਜਲਦੀ ਤੋਂ ਜਲਦੀ ਕੰਟੈਕਟ ਕਰੋ ਤੇ ਉਹਨਾਂ ਨੇ ਸਿੱਧਾ ਕਿਹਾ ਕਿ 911 ਜਿਹੜਾ ਹੈਗਾ ਵੈਰੀਫਾਈ ਕਰਕੇ ਉਹਦੀ ਆਇਡੈਂਟੀਟੀ ਸਾਨੂੰ ਦੱਸਿਆ ਜਾਵੇ ਪੁਲਿਸ ਇਹ ਕਹਿ ਰਹੀ ਹੈ ਤੇ ਲੋਕਾਂ ਨੂੰ ਦੱਸਿਆ ਜਾ ਰਿਹਾ ਕਿ ਇਹ ਸਮਾਨ ਜੇ ਕਿਸੇ ਨੂੰ ਵੀ ਕੋਈ ਮਾੜਾ ਮੋਟਾ ਪਤਾ ਲੱਗਦਾ ਤਾਂ ਉਹ ਸਾਨੂੰ ਜਲਦੀ ਤੋਂ ਜਲਦੀ ਇਹਦੇ ਬਾਰੇ ਸੂਚਨਾ ਦਵੇ ਕਈ ਵਾਰ ਇਸ ਤਰ੍ਹਾਂ ਦੀਆਂ ਕਟੜਨਾਵਾਂ ਵਰਪਰ ਜਾਂਦੀਆਂ ਜਿਹੜੀਆਂ ਕਿਸੇ ਨਾ ਕਿਸੇ ਤਰ੍ਹਾਂ ਹੁੰਦੀਆਂ ਅਜੀਬੋ ਗਰੀਬ ਪਰ ਨੁਕਸਾਨ ਉਹਦੇ ਨਾਲ ਕਈ ਵਾਰੀ ਵੱਡਾ ਹੋ ਜਾਂਦਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ